सच्चाई हमेशा कुदरत आशीर्वाद दिंदी है सच्चाई नूं। बैंस लुकदा नहीं, बैंस खुड च नहीं वड़दा, ना बैंस ने पहली वारी मुकदमा झूठा ते ना जेल पहली वारी। पर सच्चाई लई लड़िया ते सच्चाई लई आखिरी साह तक लड़दा रहूंगा। कल दा इंसीडेंट FIR दर्ज हो गई। मैं बार कौंसल लुधियाणा दे सत्कारयोग वकील भैणा ते भरावां दा रेणी आ, उन्हां दा प्रोग्राम सीगा, मैं उत्थे गया एंड पुलिस ने अरैसट कीता। अरैसट तो बाद मैं इलैक्शन कमिश्नर ऑफ इंडिया दा ते लुधियाणा दी पुलिस दा भी इस गलों धनवादी हाँ, जो उन्होंने सारी गल दसी हकीकत की है। पहला वीडियो सामने आ गया जिदे बिट्टा जी के भरा की दस्तार उतारी जाती है, उन्होंने उन्हों की रामगढ़िया बरादरी का नाम लैके गाली गलोच किया जाता, गल शुरू हो गई। वो दोस्त जिहड़े लड़ाई उस इंसीडेंट मौके नहीं सी, उन्होंने नावों पर गल आ गई। तो पुलिस ने यह कहूँगा कि तुहाडियां अरदासां ते लोकां दा जोश रोह ते लोग आवाज सच्चाई की है। पुलिस ने मैनू शामिल तफतीश किया, मेरे नाल दोस्तों भी शामिल तफतीश करके सच्चाई सफा मिसल लैके आती है। सच्चाई सफा मिसल लैके आती भी असल दे विच उत्थे होया की है। सो मैं थोड़ा सारिआं दा शुक्रिया अदा करदा ते मैं उन्हां दोस्तों नूं भी सनिमर बेनती करदा जिहड़े इस चवल कैंडीडेट दे नाल तुरे फिरदे आ। ਇਹ ਬੋਲਿਆ ਕੱਲ ਚਵਲ ਕੈਂਡੀਡੇਟ ਕਾਂਗਰਸ ਵਾਲਾ, ਕਹਿੰਦਾ ਮੇਰੀ ਮਾਂ ਬੜੀ ਪਰੇਸ਼ਾਨ ਆ, ਮੇਰੀ ਘਰ ਵਾਲੀ ਬੜੀ ਪਰੇਸ਼ਾਨ, ਮੇਰੇ ਬੱਚੇ ਬੜੇ ਘਬਰਾਏ ਹੋਏ ਆ। ਉਹ ਦੋਸਤੋ ਨਾਲ ਵਾਲਿਓ ਸੁਣ ਲਓ, ਹੋਣੀ ਇਹਦੀ ਗੱਲ ਸੁਣ ਲਓ। 20 ਤਰੀਕ ਤੋਂ ਬਾਅਦ ਲੋਪ ਆ, ਤੁਹਾਡੀਆਂ ਦੁਸ਼ਮਣੀਆਂ ਪਾਊਗਾ ਇਹ। ਤੁਸੀਂ ਮੱਲੇਦਾਰੀ ਵਿਗਾੜੋ ਨਾ, ਤੁਸੀਂ ਜਿਹਦੇ ਨਾਲ ਕੰਪੇਨ ਕਰਨੀ ਆ ਪੀਸਫੁਲ ਤਰੀਕੇ ਦੇ ਨਾਲ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਗਾ। ਸ਼ਾਂਤਮਈ ਤਰੀਕੇ ਦੇ ਨਾਲ, ਸਤਿਕਾਰ ਦੇ ਨਾਲ, ਜਿਹੜੇ ਮਰਜ਼ੀ ਘਰ ਜਾਓ ਤੁਸੀਂ, ਕੋਈ ਪਰੇਸ਼ਾਨੀ ਨਹੀਂ। ਇਹਦੇ ਮਗਰ ਲੱਗ ਕੇ ਨਾ ਦੁਸ਼ਮਣੀਆਂ ਪਾਓ। ਇਹ ਇੰਨੇ ਜੋਗਾ ਨਹੀਂ ਹੈਗਾ ਸਾਡੇ ਨਾਲ ਰਿਹਾ, ਸਾਨੂੰ ਪਤਾ ਇਹਦਾ ਕੋਈ ਨੂੰ ਹੋਮ ਗਾਰਡੀਆ ਦਬਕ ਦੇ ਤੇ ਪੈਰਾਂ ਭਰ ਬਹਿ ਜਾਂਦਾ। ਅਸੀਂ ਸਾਰੇ ਜਾਣਦੇ ਹਾਂ ਦੀ ਔਕਾਤ ਨੂੰ, ਇਹ ਕਿੱਡਾ ਕਸੂਰਵੀਰ ਆ, ਮੂੰਹ ਦੀ ਬਵਾਸੀਰ ਆ। ਉਹ ਕਹਿੰਦੇ ਹੁੰਦੇ ਨਾ ਵੀ ਜਾਂ ਸਾਫਾ ਗਲ 'ਚ, ਜੇ ਮੂਹਰੇ ਕੂਲਰ ਕੇ ਪੈ ਗਿਆ ਤਾਂ ਸਾਫਾ ਪੈਰਾਂ 'ਚ ਰੱਖ ਦੇਣਾ, ਵੀ ਕੋਈ ਨਹੀਂ ਭਰਾ। ਇਹ ਉਹ ਨਸਲ ਆ, ਨਾ ਆਪਣੀ ਦੁਸ਼ਮਣੀ ਪਾਓ। ਮੇਰੀ ਤੁਹਾਨੂੰ ਬੇਨਤੀ ਆ, ਤੁਸੀਂ ਸਾਡੇ ਭਰਾ ਹੋ, ਤੁਸੀਂ ਬੱਚਿਆਂ ਸਮਾਨ ਵੀ ਹੋ, ਪੀਸਫੁਲ ਤਰੀਕੇ ਦੇ ਨਾਲ ਤੁਸੀਂ ਇਹਦੀ ਮਦਦ ਕਰਦੇ ਜਾਓ, ਪਰ ਇਹਦੇ ਲਈ ਨਾ ਦੁਸ਼ਮਣੀ ਪਾਓ। ਮੈਂ ਫੇਰ ਕਹਿੰਦਾ, ਮੈਂ ਆਖਰੀ ਸਾਹ ਤੱਕ ਲੜਨ ਵਾਲਾ ਆਪਣੇ ਸਾਥੀਆਂ ਵਾਸਤੇ। ਇਹਨਾਂ ਦੇ ਖਰੋਂ 'ਚ ਆ ਜਾਵੇ ਪਹਿਲਾਂ ਮੇਰੀ ਗਰਦਨ ਵੱਢੀ ਜਾਊਗੀ, ਉਹ ਬੈਂਸ ਆ ਇਹ, ਇਹਨਾਂ ਦੇ ਖਰੋਂ 'ਚ ਬਾਅਦ 'ਚ ਆਊਗੀ, ਪਹਿਲਾਂ ਮੈਂ ਜੇਲ੍ਹ 'ਚ ਨਹੀਂ ਜਾਣਗੇ, ਪਹਿਲਾਂ ਮੈਂ ਜੇਲ੍ਹ ਜਾਊਂਗਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਵਾਰੀ ਆਊਗੀ। ਸੋ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ, ਤੁਸੀਂ ਦੁਆਵਾਂ ਅਰਦਾਸਾਂ ਗੁਰੂ ਨੇ ਤੁਹਾਡੀ ਸੁਣੀ ਆ ਅਤੇ ਸੱਚਾਈ ਦਾ ਪਰਚਮ ਲਹਿਰਾਇਆ। ਮੈਂ ਫਿਰ ਜਿੱਥੇ ਇਲੈਕਸ਼ਨ ਕਮਿਸ਼ਨ ਦਾ, ਉੱਥੇ ਲੁਧਿਆਣੇ ਦੀ ਪੁਲਿਸ ਦਾ, ਜਿਹਨੇ ਫਿਰ ਕੀਤਾ, ਉਮੀਦ ਕਰੂੰਗਾ ਭਵਿੱਖ ਦੇ ਵਿੱਚ ਵੀ ਇਹ ਫਿਰ ਹੋਏਗਾ। ਐਂਡ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਅਤੇ ਬੇਨਤੀ ਕਰਦਾ, ਪੀਸਫੁਲ ਤਰੀਕੇ ਦੇ ਨਾਲ ਨਹੀਂ ਆਪਾਂ ਪਹਿਲ ਕਰਨੀ, ਨਾ ਕੀਤੀ ਆ ਅਤੇ ਨਾ ਕਰਨੀ ਆ। ਪਰ ਜਿੱਥੇ ਕੋਈ ਆ ਕੇ ਗੁੰਡਾਗਰਦੀ ਕਰੂਗਾ, ਉੱਥੇ ਇੱਟ ਦਾ ਜਵਾਬ ਪੱਥਰ ਨਾਲ ਜ਼ਰੂਰ ਦੇਵਾਂਗੇ। ਨਹੀਂ ਕਰਨੀ ਅਸੀਂ ਪਹਿਲ, ਅਸੀਂ ਸ਼ਾਂਤਮਈ ਤਰੀਕੇ ਦੇ ਨਾਲ, ਕੋਈ ਸਾਨੂੰ ਇੱਕ ਵਾਰੀ ਜੀ ਕਹੂਗਾ ਅਸੀਂ ਸਿਰ ਨੀਵਾਂ ਕਰਕੇ 100 ਵਾਰੀ ਜੀ ਦੇ ਵਿੱਚ ਜਵਾਬ ਦੇਵਾਂਗੇ। ਸੋ ਮੈਂ ਆਸ ਕਰਦਾ ਇਹ ਜਿਹੜੀ ਚੋਣ ਪ੍ਰਕਿਰਿਆ ਜਿਹਦੇ ਵਿੱਚ ਮੇਰਾ ਖਿਆਲ 10 ਦਿਨ ਬਾਕੀ ਆ, ਇਹ ਗੁਰੂ ਕਿਰਪਾ ਕਰੇ ਪੀਸਫੁਲ ਤਰੀਕੇ ਦੇ ਨਾਲ ਲੰਘ ਜਾਵੇ। ਜਿਹੜੇ ਚਵਲ ਲੋਕ ਆ, ਚਵਲ ਲੋਕਾਂ ਤੋਂ ਸੁਚੇਤ ਸਾਰੇ ਜਾਣੇ ਰਹਿ ਕੇ ਇਸ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਕੰਪਲੀਟ ਹੋਣ ਦੇ ਵਿੱਚ ਸਹਿਯੋਗ ਦਿਓ।